ਦੋਸਤੋ ਤੁਸੀਂ ਵੇਖਦੇ ਪਿਓ ਆਪਣਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਦੀਮ ਖਰਲ ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਦਬਾਓ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਰੋਜ਼ ਤੁਹਾਡੇ ਵਾਸਤੇ ਤੁਹਾਡਾ ਵੀ ਨਦੀਮ ਖਰਲ ਲੇਕਿਨ ਨਵੀਂ ਤੋਂ ਨਵੀਂ ਖੂਬਸੂਰਤ ਜਾਨਵਰ ਦੀ ਵੀਡੀਓ ਲੈ ਕੇ ਹਾਜ਼ਰ ਹੁੰਦਾ ਅੱਜ ਵੀ ਤੁਹਾਡੇ ਵਾਸਤੇ ਜਿਹੜੀ ਮੱਝ ਲੈ ਕੇ ਖੂਬਸੂਰਤ ਆਇਆ ਔਰ ਗੱਦ ਦੀ ਮੱਝ ਹੈ ਵਪਾਰ ਦੀ ਨਹੀਂ ਹੈ ਹੁਣੇ ਸੂਈ ਹੈ ਕੱਦ ਬੁੱਤ ਮੱਝ ਦਾ ਬੜਾ ਖੂਬਸੂਰਤ ਹੈ ਸ਼ਾਹ ਕਾਲੀ ਮੱਝ ਹੈ ਨਸਲਜ਼ਾਦ ਬਿਲਕੁਲ ਬਰੀਕ ਚਮੜੀ ਦੀ ਔਰ ਸੋਹਣੀ ਸਾਰਾ ਕੁਝ ਮੇਰਾ ਕੈਮਰਾਮੈਨ ਤੁਹਾਨੂੰ ਦਿਖਾਏਗਾ ਦੂਸਰੇ ਸੂ ਦੀ ਮੱਝ ਹੈ ਜੋ ਹੁਣੇ ਸੂਈ ਹੈ ਤੇ ਮੈਂ ਵੀ ਪਹੁੰਚ ਗਿਆ ਨਸਲਜ਼ਾਦ ਤੁਸੀਂ ਆਪ ਵੇਖਣੀ ਹੈ ਮੁੱਲ ਮਾਲਕ ਕਰੇਗਾ ਜਿਹੜਾ ਵੀ ਹਿਸਾਬ ਕਿਤਾਬ ਤੁਹਾਡੇ ਬਿਲਕੁਲ ਸਾਹਮਣੇ ਹੋ ਜਾਏਗਾ ਔਰ ਜਿਹੜੀ ਚੀਜ਼ ਹੋਏਗੀ ਤੁਹਾਡੇ ਬਿਲਕੁਲ ਸਾਹਮਣੇ ਹੋਏਗੀ ਕੈਮਰਾਮੈਨ ਮੱਝ ਵਿਖਾਓ ਉਸ ਤੋਂ ਬਾਅਦ ਸਾਰੀਆਂ ਗੱਲਾਂ ਕਰਾਂਗੇ ਮਾਲਕ ਨਾਲ ਦੁੱਧ ਕਿੰਨਾ ਕਰੇਗੀ ਕੀ ਹਿਸਾਬ ਕਿਤਾਬ ਹੈ ਔਰ ਸਾਰਾ ਕੁਝ ਇਹ ਜੀ ਇੱਕ ਮਿੰਟ ਯਾਰ ਇੱਕ ਮਿੰਟ ਬਣਾਠਾ ਇਹ ਮੇਰਾ ਕੈਮਰਾਮੈਨ ਤੁਹਾਨੂੰ ਇੱਕ ਇੱਕ ਚੀਜ਼ ਮੱਝ ਦੀ ਦਿਖਾ ਰਿਹਾ ਇਹ ਖੂਬਸੂਰਤੀ ਪੂਰੀ ਔਰ ਇਹ ਪੂਰਾ ਪੁੱਠਾ ਛੁੱਠਾ ਔਰ ਪੂਰਾ ਥਣ ਛੱਡਾ ਪੂਰੀਆਂ ਵਿਰਲਾਂ ਔਰ ਪੂਰੀ ਖੂਬਸੂਰਤੀ ਮੇਰਾ ਕੈਮਰਾਮੈਨ ਇੱਕ ਇੱਕ ਚੀਜ਼ ਤੁਹਾਨੂੰ ਤਸੱਲੀ ਦੇ ਨਾਲ ਦਿਖਾ ਰਿਹਾ ਇਹ ਸੂਈਏ ਇਹਦਾ ਬੋਲਾ ਇਹਨਾਂ ਨੇ ਕੱਢ ਦਿੱਤਾ ਹੈ ਠੀਕ ਹੈ ਬੋਲਾ ਇਹਦਾ ਚੋ ਦਿੱਤਾ ਆਓ ਜੀ ਹੁਣ ਜੇਰ ਅਜੇ ਨਹੀਂ ਪਾਈ ਲੇਕਿਨ ਬੋਲਾ ਉਹਨਾਂ ਨੇ ਚੋ ਦਿੱਤਾ ਅਜੇ ਸੂਈ ਨੂੰ ਕਮ ਅਜ ਕਮ ਕੋ 2-3 ਘੰਟੇ ਹੋ ਗਏ ਨੇ ਜਾਂ 4 ਘੰਟੇ ਹੋ ਗਏ ਨੇ ਇਹ ਸਾਰਾ ਕੁਝ ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਬਖਸ਼ ਦਿਖਾ ਰਿਹਾ ਦੂਸਰਾ ਸੂਆ ਮਾਲਕ ਕਹਿੰਦੇ ਨੇ ਤੁਸੀਂ ਆਹ ਵੇਖ ਲੈਣੀ ਹੈ ਪਿੱਛੇ ਦੇ ਕੱਟਾ ਸ਼ਾਹ ਕਾਲਾ ਕੱਟਾ ਇਹ ਤੁਸੀਂ ਦੇਖਦੇ ਪਿਓ ਅੱਖਾਂ ਵੀ ਕਾਲੀਆਂ ਸਿਰ ਵੀ ਕਾਲਾ ਬਿਲਕੁਲ ਸਿਰਫ ਪੂੰਛ ਚਿੱਟੀ ਹੈ ਮਾਤਰਾ ਤਕਰੀਬਨ ਇੱਕ ਖੁੱਟ ਇਹ ਕੈਮਰਾਮੈਨ ਨੇ ਮੈਨੂੰ ਪੂਰੀ ਨੇ ਪਾਸੇ ਦੇ ਨਾਲ ਇੱਕ ਇੱਕ ਚੀਜ਼ ਜਿਹੜੀ ਹੈ ਤੁਹਾਨੂੰ ਤਸੱਲੀ ਬਖਸ਼ ਦਿਖਾ ਰਿਹਾ ਪੂਰੀਆਂ ਵਿਰਲਾਂ ਥਣਾਂ ਦੀਆਂ ਸ਼ਾਹ ਕਾਲੀ ਮੱਝ ਹੈ ਅੱਖਾਂ ਵੀ ਕਾਲੀਆਂ ਨੇ ਬੁੱਥੀ ਚੰਗੀ ਲੰਮੀ ਹੈ ਪਤਲੀ ਚੌੜੀ ਹੈ ਔਰ ਖੁੰਡੇ ਸਿੰਘ ਨੇ ਤੁਸੀਂ ਵੇਖ ਸਕਦੇ ਹੋ ਇੱਕ ਇੱਕ ਚੀਜ਼ ਮੇਰੇ ਕੈਮਰਾਮੈਨ ਅੰਦਰ ਜਾਣ ਦਿਓ ਤਸੱਲੀ ਦੇ ਨਾਲ ਤੁਹਾਨੂੰ ਸਾਰਾ ਕੁਝ ਦਿਖਾ ਰਿਹਾ ਔਰ ਇਨਸ਼ਾਅੱਲਾ ਤੁਹਾਨੂੰ ਇਹ ਪਸੰਦ ਵੀ ਆਏਗਾ ਮਾਲਕ ਨਾਲ ਗੱਲਾਂ ਕਰਾਂਗੇ ਸਾਰੀਆਂ ਸੱਜਰ ਸੂਈ ਮੈਂ ਇਹ ਸਾਰਾ ਕੱਦ ਬੁੱਤ ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ ਸ਼ਾਹ ਕਾਲੀ ਮੱਝ ਬਿਲਕੁਲ ਕੋਈ ਚੀਜ਼ ਇਹਦੀ ਸਫੈਦ ਨਹੀਂ ਸਫਾਈ ਪੁੱਛ ਲਿਖ ਫੁੱਟ ਹੈ ਔਰ ਮੇਰਾ ਕੈਮਰਾਮੈਨ ਤੁਹਾਨੂੰ ਪੂਰੀ ਤਸੱਲੀ ਦੇ ਨਾਲ ਇੱਕ ਇੱਕ ਚੀਜ਼ ਜਿਹੜੀ ਹੈ ਤਸੱਲੀ ਬਖਸ਼ ਦਿਖਾ ਰਿਹਾ ਕੱਦ ਬੁੱਤ ਤੁਸੀਂ ਵੇਖਦੇ ਪਏ ਮੱਝ ਦਾ ਤਕਰੀਬਨ ਬੜਾ ਸੋਹਣਾ ਹੈ ਥਣ ਚੱਡਾ ਵੀ ਸੋਹਣਾ ਹੈ ਬਿਲਕੁਲ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਹੈ ਅੱਖਾਂ ਬਿਲਕੁਲ ਕਾਲੀਆਂ ਨੇ ਸਿੰਘ ਵੀ ਖੁੰਡਾ ਸ਼ਾਹ ਕਾਲੀ ਮੱਝ ਹੈ ਤੁਸੀਂ ਦੇਖਦੇ ਪਏ ਹੋ ਮੇਰੇ ਕੈਮਰੇ ਦੇ ਨਾਲ ਦੇਖ ਇੱਕ ਚੀਜ਼ ਮੈਂ ਬਾਈ ਨੂੰ ਰਿਕੁਐਸਟ ਕਰਾਂਗਾ ਇੱਥੇ ਮੇਰੇ ਕੋਲ ਆਵੇ ਪਿੱਛੇ ਕੱਟਿਆ ਇਹ ਜੇਰ ਨਹੀਂ ਪਾਈ ਔਰ ਇਹ ਸਾਰਾ ਕੁਝ ਮੇਰੇ ਕੈਮਰੇ ਦੇ ਨਾਲ ਬਿਲਕੁਲ ਹਵਾਨੇ ਦੀਆਂ ਵਿਰਲਾਂ ਔਰ ਬੜਾ ਖੂਬਸੂਰਤ ਹਵਾਨਾ ਮਾਲਕ ਨਾਲ ਸਾਰੀ ਗੱਲਾਂ ਕਰਾਂਗੇ ਮੱਝ ਦੇ ਕੋਲ ਖਲੋ ਕੇ ਇੱਥੇ ਆਓ ਭਾਈ ਜਾਨ ਸਿਗਰਟ ਰੱਖ ਦਿਓ ਅੱਛਾ ਬਾਈ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਭਾਈ ਜਾਨ ਕੀ ਨਾਮ ਹੈ ਮੁਹੰਮਦ ਅਲਤਾਫ ਮੁਹੰਮਦ ਅਲਤਾਫ ਪਹਿਲੇ ਤੇ ਇਹ ਦੱਸ ਕੇ ਮੁਹੰਮਦ ਅਲਤਾਫ ਤੂੰ ਵਪਾਰੀ ਜੀ ਨਹੀਂ ਜੀ ਇਧਰ ਘਰ ਦੀ ਰੱਖੂ ਮੱਝ ਹਾਂਜੀ ਘਰ ਦੀ ਅੱਛਾ ਕਿੰਨਵਾ ਸੂਆ ਸੂਈ ਹੁਣ ਤੇ ਦੂਸਰਾ ਜੀ ਦੂਸਰਾ ਸੂਆ ਸੂਈ ਜੀ ਪਹਿਲੇ ਦੁੱਧ ਦੀ ਕੋਈ ਰੇਂਜ ਦਾ ਪਤਾ ਹੈ ਕਿ ਦੁੱਧ ਪਿਛਲੇ ਸੂਏ ਕਿੰਨਾ ਕਰਦੀ ਰਹੀ ਪਿਛਲੇ ਸੂਏ ਪਹਿਲਾਂ ਹੈਗੀ ਸੀ ਜੋਤੀ ਤੇ ਇਹ ਦੁੱਧ ਕਰਦੀ ਰਹੀ ਹੈ 5-6 ਕਿਲੋ 7 ਕਿਲੋ ਟਾਈਮ ਦਾ ਪਹਿਲੇ 7 ਕਿਲੋ ਕਿਤੇ 5 ਕਿਲੋ ਕਿਤੇ 6 ਕਿਲੋ ਹਾਂਜੀ ਟਾਈਮ ਦਾ ਮਤਲਬ ਪੱਠੇ ਹਤੇ 10-12 ਕਿਲੋ ਦੁੱਧ ਕਰਦੀ ਸੀ ਪਿਛਲੇ 10-12 ਕਿਲੋ ਦੁੱਧ ਕਰਦੀ ਰਹੀ ਹੈ ਪਹਿਲੇ ਸੂਏ ਅੱਛਾ ਹੁਣ ਬਈ ਅਲਤਾਫ ਇਹ ਦੱਸ ਕਿ ਜਿਹੜੀ ਹੈ ਮੈਂ ਜਰੀ ਇਹ ਦੂਸਰੇ ਸੂਏ ਹੁਣ ਦੁੱਧ ਕਿੰਨਾ ਕਰੇਗੀ ਤੇ ਸੂਈ ਨੂੰ ਕਿੰਨੀ ਕੁ ਦੇਰ ਹੋ ਗਈ ਇਹਨੂੰ ਸੂਈ ਨੂੰ ਬਸ 2-4 ਘੰਟੇ ਜਾਂ ਹੁਣ ਹੋਏ ਠੀਕ ਹੋ ਗਿਆ ਤੇ 2-4 ਘੰਟਿਆਂ ਦੇ ਵਿੱਚ ਉਹ ਮੱਝ ਤੂੰ ਬੈਠਾ ਨਹੀਂ ਪਜਾਂਦਾ ਤੇ ਜੇਰ ਨਹੀਂ ਪਾਉਂਦੀ ਪਈ ਤੇ ਅਸੀਂ ਕੋਈ ਬੋਲਾ ਕੱਢ ਦਿੱਤਾ ਅੱਛਾ ਤੇ ਇਹ ਜਨਾਬ ਕੋਈ ਅੰਦਾਜ਼ਾ ਹੈ ਕਿ ਕਿੰਨਾ ਕੁ ਦੁੱਧ ਕਰ ਜਾਏਗੀ ਦੁੱਧ ਕਰੇਗੀ ਜੀ 14-15 ਕਿਲੋ ਅੱਛਾ 14 ਕਿਲੋ ਦੋ ਟਾਈਮ ਦਾ 14-15 ਕਿਲੋ ਦੁੱਧ ਕਰੇਗੀ ਤੇ ਬਹੁਤ ਨਸਲੀ ਮੱਝ ਹੈਗੀ ਹੈ ਨਸਲ ਦਾ ਪਤਾ ਹੈ ਕਿਹੜੀ ਨਸਲ ਦੀ ਇਹ ਨਸਲ ਜਨਾਬ ਹੈਗੀ ਆਪਣੇ ਦੀ ਇਧਰੋਂ ਦੀ ਇਹ ਅਸੀਂ ਲਿਆ ਲਿਆ ਸਨ ਇਧਰੋਂ ਕਟੀਆਂ ਅੱਛਾ ਤੇ ਆਪਣਾ ਕੀ ਹੈਗਾ ਹੋਤਾ ਮਤਲਬ ਨੀਲੀ ਬਾਰ ਚ ਲਿਆਂਗੇ ਹਾਂਜੀ ਹੋਤੇ ਵਾਲੀ ਸਾਈਡ ਤੋਂ ਅਸੀਂ ਗਏ ਕਟੀਆਂ ਲਿਆਂਦੀਆਂ ਜਾਂ 4 ਜੀ ਜੀ ਇੱਕ ਵੇਗੀ ਅੱਗੇ ਇੱਕ ਇਹ ਖਲੀ ਹੈ ਤੇ ਦੋ ਤਿਆਰ ਹੁੰਦੀ ਹਾਂਜੀ ਅੱਛਾ ਇਹਦਾ ਹੁਣ ਪਿਆਰ ਮੁਹੱਬਤ ਵਾਲਾ ਜਿਹੜਾ ਮੁੱਲ ਹੈ ਉਹ ਕਿੰਨਾ ਹੈ ਮੁਹੱਬਤ ਪਿਆਰ ਵਾਲਾ ਕਰਨਾ ਪੱਕੇ ਜੇ ਮੁੱਲ ਕਰਨੇ ਕਿ ਆਪਾਂ ਵੇਚ ਲਈਏ ਗਣੀ ਪੰਡ ਨਹੀਂ ਕਰਨੀ ਗਰੀਬਾਂ ਵਾਲੀ ਕਿ ਵਪਾਰੀਆਂ ਤੁਸੀਂ ਕਰੋ ਤਾਂ 3.5 ਲੱਖ ਮੁੱਲ 4 ਲੱਖ ਜਿਹੜੀ ਵੱਡੀ ਮੱਝ ਮੁਹੱਬਤ ਪਿਆਰ ਵਾਲਾ ਮੁੱਲ ਕਰੋ ਤਾਂ ਮੁਹੱਬਤ ਪਿਆਰ ਵਾਲਾ ਵੇਚੇ ਨਾ ਮੁੱਲ ਲਵਾਇਆ ਹੈ ਨਾ ਕੋਈ ਗੱਲਬਾਤ ਕਿਸੇ ਨੂੰ ਨਹੀਂ ਖਾਈ ਤੂੰ ਆਇਆ ਤੈਨੂੰ ਆਖ ਦਿੱਤਾ ਵੀ ਸਲਾਹ ਕੀਤੀ ਮੈਂ ਵੇਚਣੀ ਠੀਕ ਹੈ ਤੇ ਜਿਹਦੇ ਵਿੱਚ ਪੱਕਾ ਪਿਆਰ ਮੁਹੱਬਤ ਦਾ ਮੁੱਲ ਤੇਰੇ ਮੂੰਹ ਨੂੰ ਇਹ ਹੈਗਾ ਕਿ 2,90,000 ਰੁਪਇਆ ਮੈਂ ਦਾ 2,90,000 ਰੁਪਇਆ ਦਾ ਮੁੱਲ ਆ ਜੀ ਇਹ ਮੇਰੇ ਭਾਈ ਅਲਤਾਫ ਨੇ ਕੀਤਾ ਹੈ 2,90,000 ਰੁਪਇਆ ਮੁੱਲ ਇਸ ਮੱਝ ਦਾ ਇਹਦੇ ਕੋਈ ਸਾਡੇ ਆਂਦੇ ਸ਼ਰਮ ਹਿਆ ਹੋਵੇਗਾ ਹੋਰ ਇਹ ਜੀ ਤੁਹਾਡੇ ਆਏ ਨੂੰ ਮੈਂ ਆਂਦੇ ਹੀ ਵੇਖ ਲਿਆ ਬਾਕੀ ਇਹ ਹੈ ਮਜ਼ੀਦ ਜਦੋਂ ਮੱਝ ਤੇ ਆ ਗਏ ਨੇ ਫਿਰ ਜੋ ਤੁਸੀਂ ਆਖੋਗੇ ਉਹ ਕਰ ਲੈ ਸਕਦਾ ਭਾਈ ਸਾਹਿਬ ਦਾ ਕਹਿਣਾ ਜੀ ਕਿ 2,90,000 ਰੁਪਇਆ ਮੁੱਲ ਹੈ
ਔਰ ਜਦੋਂ ਤੁਸੀਂ ਉੱਪਰ ਆਓਗੇ ਮੱਝ ਦੇ ਜਾਂ ਤੁਸੀਂ ਪਸੰਦ ਕਰੋਗੇ ਮੁੱਲ ਲਾਓਗੇ ਫਿਰ ਸਾਡੇ ਸਮਝ ਆਈ ਅਸੀਂ ਤੁਹਾਨੂੰ ਦੇ ਦਿਆਂਗੇ। ਮੈਨੂੰ ਉਮੀਦ ਆ ਕਿ ਤੁਹਾਨੂੰ ਅੱਜ ਵਾਲੀ ਜਿਹੜੀ ਮੇਰੀ ਵੀਡੀਓ ਆ ਬੇਹੱਦ ਪਸੰਦ ਆਵੇਗੀ ਇਨਸ਼ਾਲਾ। ਮੇਰੀ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੇਗਾ। 2,90,000 ਰੁਪਿਆ ਮੁੱਲ ਕੀਤਾ ਮੁਹੱਬਤ ਪਿਆਰ ਆਪਾਂ ਕੋ ਜ਼ਬਰਦਸਤੀ ਵੀ ਕਰਾ ਲਾਂਗੇ ਆਪਣੇ ਘਰ ਦੀ ਮੱਝ ਆ ਕੋਈ ਐਡਾ ਇਸ਼ੂ ਨਹੀਂ ਆ ਇਨਸ਼ਾਲਾ। ਬੜਾ ਮਜ਼ਾ ਆਏਗਾ ਨਾਲ ਕੰਮ ਕਰਕੇ ਆਪਣਾ ਬਹੁਤ ਸਾਰਾ ਖਿਆਲ ਰੱਖਿਆ ਜੀ ਮਿਲਾਂਗੇ ਨਵੀਂ ਵੀਡੀਓ। ਹਰ ਕਿਸਮ ਦੀ ਗਰੰਟੀ ਦੇਵਾਂਗੇ ਸਿਰ ਤੋਂ ਲੈ ਤੇ ਪੈਰਾਂ ਤਿੱਕਣ ਚੱਡੇ ਹਵਾਨੇ ਤਿੱਕਣ ਸਾਰੀ ਗਰੰਟੀ ਦੀ ਮੱਝ ਆ ਘਰ ਦੀ ਮੱਝ ਵਪਾਰ ਦੀ ਮੱਝ ਦੇ ਉੱਤੇ ਆਵਣ ਦੇ ਇਹਨਾਂ ਦਾ ਦਿਲ ਖੁਸ਼ ਹੋ ਜਾਵੇਗਾ ਬਿਲਕੁਲ ਬਿਲਕੁਲ ਲਾਈਕ ਸ਼ੇਅਰ ਤੋਂ ਕਮੈਂਟ ਜ਼ਰੂਰ ਕਰਿਆ ਕਰੋ। ਕਮੈਂਟ ਦੀ ਬੜੀ ਮਿਹਰਬਾਨੀ ਤੁਹਾਡੀ ਜਿਸ ਤਰ੍ਹਾਂ ਦੀ ਤੁਸੀਂ ਅਗਾਹੀ ਦਿਓਗੇ ਇਨਸ਼ਾਲਾ ਕੋਈ ਗੱਲ ਨਹੀਂ ਅੱਛਾ ਬੁਰਾ ਹਰ ਫੀਲਡ ਚ ਬੰਦਾ ਆਉਂਦਾ ਜਿਵੇਂ ਤੁਸੀਂ ਬੋਲੋਗੇ ਇਨਸ਼ਾਲਾ। ਸਾਨੂੰ ਮਦਦ ਲਈ ਕਮੈਂਟ ਕਰਨਾ ਨਾ ਭੁੱਲਿਆ ਕਰੋ। ਆਪਣਾ ਬਹੁਤ ਸਾਰਾ ਖਿਆਲ ਰੱਖਿਆ ਜੀ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਅੱਲਾ ਨਿਗਹਿਬਾਨ।